करुणा में सब दुख करो हे शरण जोग दयाल है दीनानाथ दीनानाथ माया करो शरीर स्वस्थ कीन समय सिमरंत नानक राम दामोदर माधव माधव मन में चित्तमो चित्तवनी उद्म करो उठनी हर कीर्तन का आगरो आगरो हरि देवो देवो नानक के मी नानक के मी बंदे बंदगी इख्तियार बंदे बंदगी इख्तियार बंदे बंदगी इख्तियार हाँ बंदे बंदगी बंदे सालदेव रोस धरों के प्यार सालदेव रोस धरों के प्यार इख्तियार बंदे बंदगी इख्तियार बंदे रोके प्यार सागे बिरोस रोके प्यार बंदे बंदगी इख्तियार बंदे बंदगी इख्तियार बंदे फुरमान तेरा सिरे ऊपर फुरमान तेरा सिरे ऊपर बेटना करत विचार फिरना
ستار Thank you.
कबीर बुला हरदा कबीर बुला गुलाम फरका I don't know.
مانري اكتيار Allah
شکروں جے دوسر ہوئے شکروں جے دوسر ہوئے شکروں جے دوسر ہوئے شکروں جے دوسر ہوئے کبیر کرم کریم کا شکروں جے دوسر ہوئے شکروں جے دوسر ہوئے شکروں جے دوسر ہوئے شکروں جے دوسر اللہ پاک پاک گے اللہ پاک پاک گے شکروں جے دوسر ہوئے شکروں جے دوسر ہوئے شکروں جے دوسر ہوئے شکروں جے دوسر ہوئے حاضر ہے جو
حاضر حدود خدا شكرا لك يا
شب کروں دے دوسر ہوئے شب کروں دے دوسر ہوئے اے
कहने अंग से सतगुरु मिले दिव दृष्ट हो कर फकर दान लाए चश्मे कर फकर दान लाए चश्मे जहां तहां मौजूद कर फकर خسن بڑا اے تول پاک پر رت گاج خود خسن بڑا اے تول پاک پر رت گاج پاک پر رت گاج خود قسم وٹا اتول پاک دگار تو خود قسم وٹا اتول اہرو 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 سچ شاہ بندی موت محبت من تن بسے سچ شاہ محبت من تن بسے اچھا بندی ماں
Thank you.
غلام کرک غلام ਗਾਉਣਾ ਸੁਣਨਾ ਹੰਡਾਉਣਾ ਇਹ ਅਲੱਗ ਅਲੱਗ ਬਾਤ ਹੈ। ਭਾਵੇਂ ਗਾਉਂਦਿਆਂ ਸੁਣਦਿਆਂ ਹੰਡਾਉਣ ਲੱਗ ਪੈਂਦਾ, ਪਰ ਕਿਸੇ ਵਿਰਲੇ ਜੀਵ ਦੇ ਹੱਥ ਇਹ ਆਉਂਦੀ ਹੈ ਦਾਤ। ਹੁਣ ਗਾ ਤੇ ਦੁਨੀਆਂ ਰਹੀ ਹੈ, ਪਰ ਇਸ ਪ੍ਰੇਮ ਨੂੰ ਮਹਿਸੂਸ ਕਰਨਾ, ਇਸ ਨੂੰ ਜਿਉਣਾ ਇਹ ਕਿਸੇ ਵਿਰਲੇ ਦੇ ਹੱਥ ਚੜਦਾ। ਬਹੁਤ ਕਮਾਈ ਵਾਲੇ ਸਿੰਘ ਆਪਣੇ ਜੀਵਨ ਵਿੱਚ ਕਈ ਵਾਰੀ ਦਰਸ਼ਨ ਹੁੰਦੇ ਨੇ, ਜਿਨ੍ਹਾਂ ਦੀਆਂ ਅਸੀਂ ਕਈ ਵਾਰੀ ਯਾਦਾਂ ਵੀ ਮਨਾਉਂਦੇ ਹਾਂ। ਮੈਂ ਤਾਂ ਮਿਲਿਆ ਨਹੀਂ, ਕਹਿੰਦੇ ਨੇ ਮਾਤਾ ਜੀ ਇੱਥੇ ਰਹਿੰਦੇ ਸੀ, ਗ੍ਰੰਥੀ ਸਿੰਘ ਜੀ ਵੀ ਇੱਥੇ ਸਾਰੀ ਜ਼ਿੰਦਗੀ। ਕਈ ਬਹੁਤ ਪਿਆਰੇ ਹੁੰਦੇ ਨੇ, ਦੇਖੋ
ਕਈਆਂ ਦਾ ਜੀਵਨ ਲੰਘ ਜਾਂਦਾ ਸੀ। ਕਿਸੇ ਕਿਸੇ ਥਾਂ ਜਾਂਦੇ ਹਾਂ ਗੁਰਦੁਆਰੇ 'ਚ, ਚਾਲੀ ਚਾਲੀ ਸਾਲ ਤੋਂ ਇੱਕੋ ਜਗ੍ਹਾ ਸੇਵਾ ਕਰ ਰਹੇ। ਤੋ ਇਸ ਦਾ ਪਤਾ ਕਿਵੇਂ ਲੱਗਦਾ ਵੀ 40 ਸਾਲ ਇੱਕ ਥਾਂ 'ਤੇ ਟਿਕਣਾ, ਵਫਾਦਾਰ ਹੋਏਗਾ ਤਾਂ ਹੀ ਟਿਕੇਗਾ ਨਾ। ਬੇਵਫਾਈ 'ਤੇ 2 ਦਿਨ ਨਹੀਂ ਟਿਕਾਉਂਦੀ, ਵਫਾ ਕਰੇਗਾ ਤਾਂ ਹੀ ਟਿਕੇਗਾ। ਹੁਣ ਕਈ ਨੇ ਤਬਕਾ ਤੇ ਇਹੀ ਹੈ ਨਾ, ਗ੍ਰੰਥੀ ਸਿੰਘ ਰਾਗੀ ਸੀ, ਕੋਈ ਸ਼ਬਦ ਨੂੰ ਗਾ ਰਿਹਾ, ਕੇਵਲ ਗਾ ਰਿਹਾ, ਕੇਵਲ ਗਾ ਰਿਹਾ, ਕੋਈ ਉਸਨੂੰ ਸੁਣ ਵੀ ਰਿਹਾ ਨਾਲ, ਤੇ ਕੋਈ ਉਸਨੂੰ ਜੀ ਵੀ ਰਿਹਾ। ਹੁਣ ਗ੍ਰੰਥੀ ਸਿੰਘ ਜੀ ਨੇ ਬੜੀ ਵੱਡੀ ਪੋਸਟ ਹੈ, ਬਾਬਾ ਬੁੱਢਾ ਜੀ ਦੀ ਪੋਸਟ ਹੈ, ਮਾੜੀ ਮੋਟੀ ਥੋੜ੍ਹੀ, ਪਰ ਹੁਣ ਉਹੀ ਹੈ ਸਵੇਰੇ ਇਕੱਲਾ ਹੈ, ਕੋਈ ਨਹੀਂ ਸੰਗਤ ਤੇ ਪ੍ਰਕਾਸ਼ ਕਰਦੀ ਵਾਰੀ ਪਤਾ ਲੱਗ ਜਾਂਦਾ ਵੀ ਇਕੱਲਿਆ ਕਿੰਨਾ ਜੀ ਰਿਹਾ। ਜੇ ਤਾਂ ਛੇਤੀ ਛੇਤੀ ਕਰਤਾ ਕੰਮ, ਕਿਰਿਆ ਸਮਝ ਕੇ ਵੀ ਸੰਗਤ ਨਹੀਂ ਆਈ, ਜਲਦੀ ਜਲਦੀ ਪ੍ਰਕਾਸ਼ ਕਰੋ ਤੇ ਕੰਮ ਖਤਮ। ਕੋਈ ਜੀਂਦਾ ਉਸੇ ਚੀਜ਼ ਨੂੰ ਕਿ ਨਹੀਂ ਹੈ ਕੋਈ ਤੇ ਗੁਰੂ ਪਰਮੇਸ਼ਰ ਤੇ ਹੈ ਨਾ ਪ੍ਰਕਾਸ਼। ਉਹਨੇ ਪੂਰੀ ਪ੍ਰਤੀਤ ਨਾਲ ਆਪਣੀ ਸੇਵਾ ਨੂੰ ਨਿਭਾਉਣਾ। ਬਹੁਤ ਜੀਵਨ ਵਿੱਚ ਦੇਖੇ ਆ ਚੰਗੇ ਤੋਂ ਚੰਗੇ ਤੇ ਦੂਜੇ ਪਾਸੇ ਨੂੰ ਵੀ ਨੇ, ਜਿਨ੍ਹਾਂ ਨੂੰ ਸਿਰਫ ਪੋਥੀ ਲੱਗਦੀ ਹੈ, ਪਰਮੇਸ਼ਰ ਦਾ ਥਾਨ ਨਹੀਂ ਲੱਗਦਾ। ਪਰਮੇਸ਼ਰ ਦਾ ਥਾਨ ਤੇ ਕਰ ਫਕਰ ਲਾਏ ਚਸ਼ਮੇ, ਚਸ਼ਮਾ ਲਾਉਣਾ ਪੈਂਦਾ ਫਿਰ ਪਤਾ ਲੱਗਦਾ ਵੀ ਇਹ ਰੱਬ ਹੈ। ਬਿਨਾਂ ਚਸ਼ਮੇ ਤੋਂ ਨਹੀਂ ਪਤਾ ਲੱਗਦਾ, ਉਹ ਚਸ਼ਮਾ ਉਹ ਕਿਸੇ ਸ਼ੌਪ ਤੋਂ ਨਹੀਂ ਮਿਲਦਾ। ਆਖੋ ਵਾਹਿਗੁਰੂ, ਕਿਸੇ ਸ਼ੌਪ ਤੋਂ ਇਹ ਚਸ਼ਮਾ ਨਹੀਂ ਮਿਲਦਾ ਕਿ ਵੀ ਸਾਡੀ ਨਜ਼ਰ ਨੂੰ ਇੰਨਾ ਤੇਜ਼ ਕਰ ਦੇ ਕਿ ਸਾਨੂੰ ਸਾਰਿਆਂ 'ਚੋਂ ਵਾਹਿਗੁਰੂ ਵਿਖਾਈ ਪਾਵੇ। ਉਹ ਮਿਲਦਾ, ਉਹ ਚਸ਼ਮਾ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਰਹੀ ਦਿੰਦੇ ਨੇ। ਜਦੋਂ ਅੰਦਰ ਜੋਤ ਜਾਗਦੀ ਹੈ ਤੇ ਫਿਰ ਅੱਖਾਂ ਵਿੱਚ ਰੋਸ਼ਨੀ ਪੈਦਾ ਹੁੰਦੀ ਹੈ, ਫਿਰ ਉਹ ਦੇਖਦਾ ਵੀ ਜਹਾਂ ਤਹਾਂ ਮੌਜੂਦ। ਮੈਂ ਤੇ ਸੋਚਦਾ ਹੀ ਮੈਨੂੰ ਕੋਈ ਦੇਖਦਾ ਨਹੀਂ, ਕੋਈ ਹੈ ਹੀ ਨਹੀਂ, ਪਰ ਉਹ ਤੇ ਮੌਜੂਦ ਹੈ। ਉਹ ਕਿੱਥੇ ਦੂਰ ਹੈ, ਨੇੜਾ ਹੈ, ਦੂਰ ਨਾ ਜਾਣੇ, ਬਹੁਤ ਨੇੜਾ ਹੈ, ਪਰ ਸਾਡੇ ਮਨ ਨੂੰ ਪ੍ਰਤੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਜਦੋਂ ਵੀ ਇਹ ਮਨ ਭੈੜਾ ਗਰਮ ਕਰਦਾ ਹੈ ਉਦੋਂ ਰੱਬ ਨੂੰ ਦੂਰ ਸਮਝ ਕੇ ਕਰਦਾ। ਜੇ ਦੂਰ ਨਾ ਸਮਝੇ ਤੇ ਮਾੜਾ ਕੰਮ ਕਰ ਹੀ ਨਹੀਂ ਸਕਦਾ, ਉਦੋਂ ਦੂਰ ਹੋ ਜਾਂਦਾ, ਮਨ ਛੱਡ ਦਿੰਦਾ ਵਾਹਿਗੁਰੂ ਨੂੰ ਤੇ ਉਸ ਕਰਮ ਨੂੰ, ਗਲਤ ਕਰਮ ਨੂੰ ਪਕੜ ਲੈਂਦਾ। ਉਹੀ ਜਦੋਂ ਮੌਜੂਦ ਹੁੰਦਾ, ਜਦੋਂ ਪ੍ਰਤੀਤ ਚ ਹੁੰਦਾ, ਫਿਰ ਹੱਥ ਜੇਬੇ ਚ ਪੈਂਦਾ ਤੇ ਸੇਵਾ ਨਿਕਲਦੀ ਹੈ, ਪੈਰ ਤੁਰਦੇ ਨੇ ਤੇ ਚੰਗੇ ਕੰਮ ਨੂੰ ਤੁਰਦੇ ਨੇ। ਇਹੀ ਅੱਖਾਂ ਨੇ ਜਿਹੜੀ ਕਿਸੇ ਗਰੀਬ ਦਾ ਭਲਾ ਕਰਦੀਆਂ ਨੇ, ਚੰਗਾ ਦੇਖਦੀਆਂ ਨੇ, ਚੰਗਾ ਮਹਿਸੂਸ ਕਰਦੀਆਂ ਨੇ ਰੱਬ ਨੂੰ। ਅੱਲਾਹ ਪਾਕੰ ਪਾਕ ਹੈ, ਤੂੰ ਇੰਨਾ ਪਾਕੰ ਪਾਕ ਹੈ, ਇੰਨਾ ਸਵੱਛ ਹੈ, ਬਿਲਕੁਲ ਤੇਰੇ ਤੇ ਕੋਈ ਦਾਗ ਨਹੀਂ, ਸਾਫ ਹੈ ਬਿਲਕੁਲ। ਅੱਲਾਹ ਪਾਕੰ ਪਾਕ, ਸ਼ੱਕ ਕਰੋ ਜੇ ਦੂਸਰ ਉਹ ਹੈ ਹੀ ਨਹੀਂ, ਦੂਜਾ ਤੈਨੂੰ ਮੈਲਾ ਕੌਣ ਕਰੇਗਾ, ਤੇਰੇ ਬਰਾਬਰ ਹੀ ਕੋਈ ਨਹੀਂ ਹੈ। ਸ਼ੱਕ ਕਰੋ ਜੇ ਦੂਸਰ ਹੋਏ, ਤੇਰੇ ਤੋਂ ਬਗੈਰ ਤੇ ਕੋਈ ਹੈ ਨਹੀਂ। ਇਹ ਕਬੀਰ ਦਾਸ ਜੀ ਦੀ ਅੱਖ ਬੋਲਦੀ ਹੈ, ਜਿਹੜੇ ਕਹਿੰਦੇ ਨੇ ਕਵੀ ਕਹੇ ਕਬੀਰ ਗੁਲਾਮ ਕਰ ਕਾ ਜੀਆਏ ਪਾਵੇ ਮਾਰ। ਸਮਰਪਣ ਬਹੁਤ ਵੱਡੀ ਗੱਲ ਹੈ, ਗੁਰਸਿੱਖੀ ਚ ਸਮਰਪਣ ਹੀ ਤੇ ਹੈ, ਪਰ ਸਮਰਪਣ ਉਹੀ ਕਰ ਸਕਦਾ ਜਿਹਦੇ ਤੇ ਨਦਰ ਕਰੇ, ਨਦਰ ਕਰੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸ਼ਬਦ ਪਹਿਲਾ ਸੀ ਬੰਦੇ ਬੰਦਗੀ ਇੱਕ ਤਿਆਰ, ਸਹਿਬ ਰੋਸ ਤਰੋ ਕੇ ਪਿਆਰ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ। ਜਦੋਂ ਤੇਰਾ ਫੁਰਮਾਨ ਆ ਗਿਆ ਫਿਰ ਉੱਥੇ ਕਿੰਤੂ ਪਰੰਤੂ ਨਹੀਂ ਹੈ, ਫਿਰ ਨਾ ਕਰਤ ਵਿਚਾਰ।
تو ہی دریا تو ہی کریا تجھے تے نستار تیرے کولوں تے میرا ادھار ہونا ہے تے پھر تیرے کول کدا ہے پھر میں تے کہ کبیر غلام کر کا جی آئے پا میں مار ہوں تو جان تیرے کول آ گیا ہوں تو رکھ پا میں مار ستگرو کرپا کرے شبد بہت اچے ہوندے نے ستگرو ساڈے من نو انہاں شبداں دی ٹھنڈ بخشے اللہ پاک پاک گئے اللہ پاک پاک گئے شکروں جے دوسر ہوئے شکروں جے دوسر ہوئے شکروں جے دوسر کبیر کرم کریم کا او کرے جانے سوئے کبیر کرم سوئے شکروں جے دوسر ہوئے شکروں جے دوسر ہوئے شکروں جے دوسر ہوئے شکروں جے دوسر ہوئے اللہ پاکم پاک گئے پاک پاک گئے شکروں جے دوسر ہوئے شکروں جے دوسر ہوئے شکروں جے دوسر میں اندلے کیتے تیرا نام خوند کر میں اندلے کیتے تیرا نام خوند کر میں غریب میں مسکین تیرا نام میں بچا کیا کری
دگر کو نہیں دگر ایک تو دگر کو I'm not afraid.